ਲਓ ਜੀ ਪੰਜਾਬ ਦੀ ਖਬਰ ਦੇਖ ਲਈਏ। GST ਨੂੰ ਲੈ ਕੇ ਲਗਾਤਾਰ ਰੌਲਾ ਪੈਂਦਾ ਰਹਿੰਦਾ ਤਾਂ ਟਰੂ ਸਕੂਪ ਕਰਕੇ ਆ ਕੋਈ ਇਹਨਾਂ ਨੇ ਲਾਈ ਆ ਡੇਲੀ ਹੰਟ 'ਤੇ ਖਬਰ ਕਿ GST ਮੁਆਵਜ਼ੇ ਦੀ ਦੂਜੀ ਕਿਸ਼ਤ 'ਚ ਵੀ ਨਹੀਂ ਮਿਲਿਆ ਕੋਈ ਪੈਸਾ ਹੋਰ ਰਾਜਾਂ ਨੂੰ ਮਿਲੇ 6,000 ਕਰੋੜ ਇਹ ਸਾਡੇ ਵਿੱਤ ਮੰਤਰੀ ਸਾਹਿਬ ਨੇ ਦੱਸ ਰਹੇ ਨੇ। ਇਸ ਵਾਰ ਵੀ ਲੱਗਦਾ ਪੰਜਾਬ ਨਾਲ ਧੱਕਾ ਹੋ ਗਿਆ, ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਗਿਆ ਸੀ। ਖਬਰ ਪੜ੍ਹ ਲੈਂਦੇ ਥੱਲੇ ਕੀ ਆ ਪੂਰੀ। ਕੇਂਦਰ ਸਰਕਾਰ ਨੇ ਸੋਮਵਾਰ ਨੂੰ GST ਮੁਆਵਜ਼ੇ ਦੀ ਦੂਜੀ ਕਿਸ਼ਤ ਜਾਰੀ ਕੀਤੀ ਸੀ। ਇਸ ਵਿੱਚ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6,000 ਕਰੋੜ ਰੁਪਏ ਜਾਰੀ ਕੀਤੇ ਗਏ ਸੀ, ਪਰ ਇਸ ਵਿੱਚ ਪੰਜਾਬ ਸਮੇਤ ਕਾਂਗਰਸ ਸ਼ਾਸਿਤ ਕਿਸੇ ਵੀ ਰਾਜ ਨੂੰ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ। ਇਸ ਗੱਲ ਦੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਖ਼ਤ ਨਿਖੇਧੀ ਕੀਤੀ ਆ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਕੇਂਦਰ ਸਰਕਾਰ ਨੇ GST ਮੁਆਵਜ਼ੇ ਦੀ ਪਹਿਲੀ ਕਿਸ਼ਤ 16 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਸੀ। ਮਨਪ੍ਰੀਤ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਵਿਤਕਰੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਗੈਰ ਜ਼ਿੰਮੇਦਾਰਾਂ ਦੀ ਹੱਦ ਹੈ, ਜ਼ਿੰਮੇਦਾਰੀ ਦੀ ਹੱਦ ਹੈ। ਕੇਂਦਰ ਵੱਲੋਂ ਕਰਜ਼ਾ ਲੈਣ ਲਈ ਜੋ ਕੇਂਦਰ ਨੇ ਪਲਾਨ ਤਿਆਰ ਕੀਤਾ ਸੀ ਅਤੇ ਉਹਨਾਂ ਰਾਜਾਂ ਨੇ ਉਸ ਦੇ ਉੱਤੇ ਹਸਤਾਖਰ ਨਹੀਂ ਕੀਤੇ, ਉਹਨਾਂ ਨੂੰ ਕਰਜ਼ਾ ਲੈਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾ ਰਹੀ। ਲਓ ਜੀ ਮਨਪ੍ਰੀਤ ਜੀ ਕਹਿੰਦੇ ਫਿਰ ਧੱਕਾ ਹੋ ਗਿਆ ਪੰਜਾਬ ਨਾਲ, ਪੈਸੇ ਫਿਰ ਨਹੀਂ ਦਿੱਤੇ ਸੈਂਟਰ ਵਾਲਿਆਂ ਨੇ। ਲੱਗਦਾ ਮੋਦੀ ਜੀ ਪੰਜਾਬ ਵਾਲਿਆਂ ਨਾਲ ਖਾਸ ਹੀ ਨਾਰਾਜ਼ ਹੋ ਗਏ ਲੱਗਦੇ ਨੇ।